ਟ੍ਰਾਂਸਫਰ ਹੋ ਕੇ ਆਏ ਨੇ। ਉੱਥੇ ਵੀ ਇੱਕ ਭਰਤ ਨਾਂ ਦੇ ਜਿਹੜੇ ਇੰਪਲਾਈ ਸੀ ਉਹਨਾਂ ਨੇ ਇਹਨਾਂ ਦੇ ਸਾਹਮਣੇ ਸੁਸਾਈਡ ਕੀਤਾ। ਉਹਨਾਂ ਦੀ ਜਿਹੜੀ ਲਾਸ਼ ਹੈ ਉਹ 2-3 ਦਿਨ ਕਾਲਜ ਵਿੱਚ ਪਈ ਰਹੀ। ਔਰ ਇਹ ਨਹੀਂ, ਇਹਨੇ ਲਗਾਤਾਰ ਕਾਲਜ ਵਿੱਚ ਆਤੰਕ ਫੈਲਾ ਰੱਖਿਆ ਇਸ ਮੈਡਮ ਨੇ। ਮੇਰਾ ਨਾਮ ਡਾਕਟਰ ਬੀ ਬੀ ਯਾਦਵ, ਮੈਂ ਜ਼ਿਲ੍ਹਾ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਅੰਮ੍ਰਿਤਸਰ ਦਾ। ਅੱਜ ਦਾ ਜਿਹੜਾ ਸਾਡਾ ਧਰਨਾ ਉਹ ਪ੍ਰਿੰਸੀਪਲ ਪੁਸ਼ਪਿੰਦਰ ਵਾਲੀਆ, ਵੈਸੇ ਤਾਂ ਪ੍ਰਿੰਸੀਪਲ ਕਹਿਣਾ ਨਹੀਂ ਚਾਹੀਦਾ, ਉਹ ਬੜੀ ਨਿਕੰਮੀ ਪ੍ਰਿੰਸੀਪਲ ਹੈ ਪ੍ਰਿੰਸੀਪਲ ਪੁਸ਼ਪਿੰਦਰ ਵਾਲੀਆ, ਫਿਰ ਵੀ ਸਾਨੂੰ ਉਹਨੂੰ ਪ੍ਰਿੰਸੀਪਲ ਪੁਸ਼ਪਿੰਦਰ ਵਾਲੀਆ ਕਹਿਣਾ ਪੈਂਦਾ। ਅੱਜ ਦਾ ਜਿਹੜਾ ਧਰਨਾ ਇਹ ਮੈਡਮ ਪੁਸ਼ਪਿੰਦਰ ਵਾਲੀਏ ਦੇ ਖਿਲਾਫ ਲਗਾਇਆ ਜਾ ਰਿਹਾ। ਇਹਦਾ ਜਿਹੜਾ ਡਾਇਰੈਕਟਿਵ ਹੈ ਉਹ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਵੱਲੋਂ ਦਿੱਤਾ ਗਿਆ ਹੈ। ਮੈਂ ਪ੍ਰੈਸ ਨੂੰ ਦੱਸਣਾ ਚਾਹਾਂਗਾ, ਲਗਾਤਾਰ 6 ਮਹੀਨੇ ਤੋਂ ਮੈਡਮ ਸਾਡੇ ਪ੍ਰੋਫੈਸਰ ਡਾਕਟਰ ਸ਼ੈਲੀ ਜੱਗੀ ਆ, ਉਹਨਾਂ ਨੇ ਡਿਸਟ੍ਰਿਕਟ ਸੈਕਟਰੀ ਤੌਰ 'ਤੇ ਕੰਮ ਕੀਤਾ, ਡੀ ਏ ਵੀ ਕਾਲਜ ਅੰਮ੍ਰਿਤਸਰ ਜਿਹੜਾ ਬੀ ਬੀ ਕੇ ਡੀ ਏ ਵੀ ਕਾਲਜ ਅੰਮ੍ਰਿਤਸਰ ਆ ਉਹਨਾਂ ਦੇ ਯੂਨਿਟ ਦੇ ਸੈਕਟਰੀ ਨੇ, ਉਹਨਾਂ ਨੂੰ ਲਗਾਤਾਰ ਜਿਹੜਾ ਉਹ ਤੰਗ ਕੀਤਾ ਜਾ ਰਿਹਾ। ਔਰ ਇਹਨਾਂ ਤੰਗੀ ਟ੍ਰਾਂਸਫਰ ਕਰ ਦਿਆਂਗੀ। ਇਸ ਧਮਕੀ ਨੂੰ ਸੁਣ ਕੇ ਉਹਨਾਂ ਦੇ ਮਾਤਾ ਜੀ ਨੂੰ ਹਾਰਟ ਅਟੈਕ ਹੋ ਗਿਆ ਕੱਲ ਪੁਸ਼ਪਿੰਦਰ ਵਾਲੀਆ ਨੇ। ਇਹਦੇ ਕੋਲ ਮੈਡਮ ਦੇ ਕੋਲ 3 ਗੱਡੀਆਂ ਨੇ, 1 ਗੱਡੀ ਇਹ ਆਪਣੇ ਕੋਲ ਰੱਖਦੀ ਆ, 2 ਗੱਡੀਆਂ ਇਹਨੇ ਆਪਣੇ ਪਰਿਵਾਰ ਵਾਸਤੇ ਰੱਖੀਆਂ ਨੇ। ਇਹ 1 ਵਜੇ ਦੋਸਤੋ ਜਿਹੜੀ ਹੈ ਆਉਂਦੀ ਆ ਆਪਣੇ ਕਾਲਜ, ਔਰ ਕਿਸੇ ਬੱਚੇ ਨੂੰ ਨਹੀਂ ਮਿਲਦੀ, ਕਿਸੇ ਪੇਰੈਂਟਸ ਨੂੰ ਨਹੀਂ ਮਿਲਦੀ। ਔਰ ਜੇ ਕੋਈ ਬੱਚਾ ਪੇਰੈਂਟਸ ਮਿਲਣ ਵਾਸਤੇ ਆਉਂਦਾ ਇਹ ਕਹਿੰਦੇ ਮੈਂ ਮੀਟਿੰਗ ਵਿੱਚ ਬਿਜ਼ੀ ਆ। ਔਰ ਕਿਸੇ ਵੀ ਜਿਹੜੇ ਟੀਚਰ ਆ ਉਹਨਾਂ ਦੇ ਬੱਚੇ ਨੂੰ ਹਸਬੰਡ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਂਦਾ, ਔਰ ਸਿਕਿਉਰਿਟੀ ਗਾਰਡ ਲਗਾ ਲਗਾ ਕੇ ਇਹਨੇ ਕਾਲਜ ਵਿੱਚ ਆਤੰਕ ਫੈਲਾ ਰੱਖਿਆ, ਕਾਲਜ ਨੂੰ ਜਿਹੜਾ ਕਿਲਾ ਬਣਾ ਰੱਖਿਆ। ਔਰ ਇਸ ਤੋਂ ਇਲਾਵਾ ਇਹਨੇ ਜਿਹੜੇ ਰਿਟਾਇਰਮੈਂਟ ਟੀਚਰ ਜਾਂ ਕਲਰਕ ਰੱਖੇ ਹੋਏ ਆ ਉਹਨਾਂ ਤੋਂ ਸੀਨੀਅਰ ਪ੍ਰੋਫੈਸਰ ਨੂੰ ਹਰਾਸਮੈਂਟ ਕਰਾਉਣਾ, ਉਹਨਾਂ ਤੋਂ ਬੇਇੱਜ਼ਤ ਕਰਾਉਣਾ, ਪ੍ਰੋਫੈਸਰ ਪੁਸ਼ਪਿੰਦਰ ਵਾਲੀਆ ਦਾ ਜਿਹੜਾ ਇਹ ਕੰਮ ਹੈ ਜਾਰੀ ਆ ਔਰ ਇਹ ਕਰ ਰਹੀ ਹੈ ਲਗਾਤਾਰ। ਸਾਨੂੰ ਇਹ ਨਹੀਂ ਸਮਝ ਆ ਰਹੀ ਪ੍ਰੋਫੈਸਰ ਪੁਸ਼ਪਿੰਦਰ ਵਾਲੀਆ ਡੀ ਏ ਵੀ ਕਾਲਜ ਨੂੰ ਚਲਾਉਣ, ਬੀ ਬੀ ਕੇ ਡੀ ਏ ਵੀ ਕਾਲਜ ਨੂੰ ਚਲਾਉਣ ਵਾਸਤੇ ਆਈ ਹੈ ਜਾਂ ਟੀਚਰਾਂ ਨਾਲ ਗਿਰ ਕੱਢਣ ਵਾਸਤੇ ਆਈ ਆ, ਇਹ ਇਹਦੀ ਕੋਈ ਚਾਲ ਆ? ਇੱਥੇ ਪਹਿਲਾਂ ਪ੍ਰਿੰਸੀਪਲ ਐਜ ਅ ਟੀਚਰ ਪੜ੍ਹਾਉਂਦੀ ਸੀ, ਹੁਣ ਪ੍ਰਿੰਸੀਪਲ ਬਣ ਕੇ ਫਿਰੋਜ਼ਪੁਰ ਗਈ, ਫਿਰੋਜ਼ਪੁਰ ਤੋਂ ਆਈ ਆ, ਇਹ ਕੋਈ ਪੁਰਾਣੀ ਆਪਣੀ ਕਿਹੜ ਕਰ ਰਹੀ ਹੈ ਟੀਚਰਾਂ ਨਾਲ ਇੱਥੇ? ਔਰ ਜਿੰਨੇ ਵੀ ਇਹਨੇ ਪੁਰਾਣੇ ਟੀਚਰ ਰਿਟਾਇਰ ਹੋ ਚੁੱਕੇ ਨੇ, ਕਲਰਕ ਰਿਟਾਇਰ ਹੋ ਚੁੱਕੇ ਨੇ, ਉਹਨਾਂ ਨੂੰ ਵੱਧ ਸੈਲਰੀ ਦੇ ਕੇ ਜਿਹੜੇ ਸਾਡੇ ਸੀਨੀਅਰ ਟੀਚਰ ਆ ਉਹਨਾਂ ਨੂੰ ਬੇਇੱਜ਼ਤ ਕਰਦੀ ਹੈ। ਇਸ ਕਰਕੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਡਾਇਰੈਕਟਿਵ ਤੇ ਅਸੀਂ ਇਹ ਡਿਮਾਂਡ ਕਰਦੇ ਹਾਂ ਮੈਨੇਜਮੈਂਟ ਨੂੰ ਔਰ ਤਾਰਨਾ ਵੀ ਕਰਦੇ ਹਾਂ, ਇਸ ਪ੍ਰਿੰਸੀਪਲ ਨੂੰ ਜਲਦੀ ਜਲਦੀ ਇਸ ਸ਼ਹਿਰ ਤੋਂ ਦੂਰ ਕੀਤਾ ਜਾਵੇ, ਹੋਰ ਕਿਤੇ ਇਸਨੂੰ ਟ੍ਰਾਂਸਫਰ ਕੀਤਾ ਜਾਵੇ, ਕਿਉਂਕਿ ਇਹ ਕਾਲਜ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ, ਬੱਚਿਆਂ ਦਾ ਨੁਕਸਾਨ ਹੋ ਰਿਹਾ, ਆਰਿਆ ਸਮਾਜ ਦਾ ਨੁਕਸਾਨ ਹੋ ਰਿਹਾ। ਮੈਂ ਤੁਹਾਨੂੰ ਦੋਸਤੋ ਦੱਸਣਾ ਚਾਹਾਂਗਾ ਇਹ ਆਰਿਆ ਸਮਾਜ ਕਾਲਜ ਹੈ, ਪਰ ਇਹ ਮੈਡਮ ਨੇ ਧਮਕੀ ਦਿੱਤੀ ਹੈ ਇਹ ਟੀਚਰ ਨੂੰ, ਮੈਂ ਹਿੰਦੀ ਬੰਦ ਕਰ ਦੇਵਾਂਗੀ, ਹਿੰਦੀ ਮੈਂ ਰਹਿਣ ਨਹੀਂ ਦੇਣੀ, ਇਹ ਕੋਈ ਆਰਿਆ ਸਮਾਜ ਵਾਲੇ ਗੁਣ ਹੈ, ਆਰਿਆ ਸਮਾਜ ਦਾ ਕੋਈ ਵੀ ਗੁਣ ਪ੍ਰਿੰਸੀਪਲ ਪੁਸ਼ਪਿੰਦਰ ਵਾਲੀਆ ਦੇ ਵਿੱਚ ਨਹੀਂ ਹੈ। ਇਸ ਕਰਕੇ ਅਸੀਂ ਮੈਨੇਜਮੈਂਟ ਕਮੇਟੀ ਨੂੰ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਵੱਲੋਂ ਤਾੜਨਾ ਦਿੰਦੇ ਹਾਂ, ਚੇਤਾਵਨੀ ਦਿੰਦੇ ਹਾਂ, ਇਸ ਮੈਡਮ ਨੂੰ ਜਲਦੀ ਤੋਂ ਜਲਦੀ ਇੱਥੋਂ ਹਟਾਇਆ ਜਾਏ ਔਰ ਇਸ ਕਾਲਜ ਦੀ ਬਰੋਤਰੀ ਵਾਸਤੇ ਹੀ ਇਹ ਗੱਲ ਜਿਹੜੀ ਉਹ ਚੰਗੀ ਹੋਏਗੀ। ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਮੰਗ ਨਹੀਂ ਪੂਰੀ ਹੁੰਦੀ ਹੈ ਅੱਜ ਤੇ ਕੱਲ੍ਹ, 2 ਦਿਨ ਦਾ ਧਰਨਾ ਸਾਨੂੰ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਨੇ ਦਿੱਤਾ, ਅਸੀਂ ਕੱਲ੍ਹ ਵੀ ਧਰਨਾ ਲਾਵਾਂਗੇ। ਉਸ ਤੋਂ ਬਾਅਦ ਜਿਸ ਤਰੀਕੇ ਨਾਲ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਸਾਨੂੰ ਡਾਇਰੈਕਸ਼ਨ ਦੇਵੇਗੀ, ਉਸੇ ਤਰੀਕੇ ਨਾਲ ਅੱਗੇ ਇਸ ਐਜੂਕੇਸ਼ਨ ਨੂੰ ਇੰਟੈਂਸੀਫਾਈ ਕੀਤਾ ਜਾਏਗਾ, ਤੇਜ਼ ਕਰ ਦਿਆਂਗੇ। ਪ੍ਰੈਜ਼ੀਡੈਂਟ ਲੋਕਲ ਯੂਨਿਟ ਡੀ ਏ ਵੀ ਕਾਲਜ ਅੰਮ੍ਰਿਤਸਰ, ਮੈਂ ਆਪਣੇ ਸਭੀ ਸਟਾਫ ਮੈਂਬਰਸ ਕੀ ਤਰਫ ਸੇ ਇਸ ਪ੍ਰੈਸ ਕੋ, ਇਸ ਸ਼ਹਿਰ ਕੀ ਜਨਤਾ ਕੋ ਔਰ ਡੀ ਏ ਵੀ ਕਾਲਜ ਮੈਨੇਜਿੰਗ ਕਮੇਟੀ ਕੋ ਯੇ ਬਤਾਨਾ ਚਾਹਤਾ ਹੂੰ ਕਿ ਆਜ ਪੀ ਸੀ ਸੀ ਟੀ ਯੂ ਕੇ ਆਹਵਾਨ ਪਰ ਹਮ ਲੋਕ ਸਾਰੇ ਇਕੱਠੇ ਹੋ ਕਰਕੇ ਪ੍ਰਿੰਸੀਪਲ ਪੁਸ਼ਪਿੰਦਰ ਵਾਲੀਆ ਕੇ ਖਿਲਾਫ ਹਮ ਲੋਗੋਂ ਕੋ ਮੋਰਚਾ ਖੋਲਨਾ ਪੜਾ ਔਰ ਇਸਕੀ ਵਜ੍ਹਾ ਸੇ ਵੀ ਇਹ ਕਿ ਉਹ ਟੀਚਰਸ ਕੀ ਵਿਕਟੀਮਾਈਜੇਸ਼ਨ, ਪ੍ਰੋਫੈਸਰ ਸ਼ੈਲੀ ਜੱਗੀ ਕੀ ਵਿਕਟੀਮਾਈਜੇਸ਼ਨ, ਉਸਕੋ ਬਾਰ ਬਾਰ ਧਮਕੀਆਂ ਦੇਣਾ ਕਿ ਯਾ ਤੋ ਤੁਮ ਆਪਣੀ ਯਹਾਂ ਸੇ ਟ੍ਰਾਂਸਫਰ ਕਰਾਓ ਔਰ ਯਾ ਨਹੀਂ ਤੋ ਲੌਂਗ ਮੈਡੀਕਲ ਲੀਵ ਪਰ ਚਲੇ ਜਾਓ, ਨਹੀਂ ਤੋ ਮੈਂ ਤੁਮੇ ਜੀਨੇ ਨਹੀਂ ਦੂੰਗੀ। ਇਸ ਤਰੀਕੇ ਕੀ ਧਮਕੀ ਦੋਸਤੋ, ਅਗਰ ਇੱਕ ਪ੍ਰਿੰਸੀਪਲ ਦੇ ਤੋ ਪ੍ਰਿੰਸੀਪਲ ਤੋ ਕਿਆ ਇੱਕ ਹਿਊਮਨ ਬੀਇੰਗ ਵੀ ਹੋਣੇ ਕੇ ਲਾਇਕ ਉਹ ਨਹੀਂ ਹੈ। ਯਾ ਸਿਰਫ ਇੱਕ ਯਹਾਂ ਸੇ ਕਹਾਣੀ ਖਤਮ ਨਹੀਂ ਹੋਤੀ, ਇਸ ਪ੍ਰਤਾੜਨਾ ਕੇ ਕਾਰਨ, ਇਸ ਦੁੱਖ ਕੇ ਕਾਰਨ
उसके घर के एक एक मेंबर सारे परेशान हैं, उसकी मदर को हार्ट अटैक हुआ और वो आईसीयू में एडमिट है। इसको बार बार छोटी छोटी बात को लेकर के, जब कभी प्रोफेसर शैली जग्गी को कोई काम दिया जाता है उसमें हर हमेशा नुक्स निकालना, क्योंकि इनके सलाहकार लोकल मैनेजिंग कमेटी का ही एक मेंबर है जो कहीं ना कहीं कोर्ट से भी जुड़ा हुआ है, लीगल एडवाइस इसको देता है और मैनेजिंग कमेटी को सिर्फ मिसगाइड किया जाता है, गलत सूचनाएं भेजी जाती हैं। मैडम प्रिंसिपल पुष्पिंदर वालिया के इस एटीट्यूड को हम लोग कंडेम करते हैं, स्ट्रांगली कंडेम करते हैं। और सिर्फ आज और कल ये दो दिनों की कॉल, थर्ड और फोर्थ पीरियड की स्ट्राइक का भी हम लोगों को पीसीसीटी की तरफ से डायरेक्टिव मिला है, अगर ये मांगे नहीं मानी गई तो निश्चित रूप से इसको इतना तीव्र कर दिया जाएगा कि ये डीएवी कॉलेज मैनेजिंग कमेटी को टीचर्स के फेवर में कोई ना कोई फैसला लेना पड़ेगा। पीसीसीटी जिंदाबाद, जिंदाबाद, जिंदाबाद। थैंक यू। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ ਇੱਕ ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ, ਸੰਪਰਕ ਕਰੋ 97817 71820।